ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਰੁਕਣ ਦਾ ਨਾ ਹੀ ਨੀ ਲੈ ਰਹੀਆਂ ਖਬਰ ਬਠਿੰਡਾ ਤੋਂ ਹੈ ਜਿੱਥੇ ਗੁਡਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਮੁਤਾਬਕ ਪਿੰਡ ਦਾਨ ਸਿੰਘ ਵਾਲਾ ਵਿਖੇ ਪਾਈ ਬਖਤੌਰ ਦਾਸ ਦੇ ਡੇਰੇ ਦੇ ਵਿੱਚ ਪਿੰਡ ਦੇ ਸੰਧੂ ਪਰਿਵਾਰ ਦੇ ਵੱਲੋਂ ਸਿਰ ਅਖੰਡ ਪਾਰ ਸਾਹਿਬ ਕਰਵਾਏ ਜਾ ਰਹੇ ਸਨ ਭਾਈ ਬਖਤੌਰ ਦਾਸ ਡੇਰੇ ਦੇ ਵਿੱਚ ਪਾਠ ਮੌਕੇ ਆਪਣੀ ਹਾਜ਼ਰੀ ਲਗਾਉਣ ਮੌਕੇ ਪਾਠੀਆਂ ਦੇ ਵੱਲੋਂ दारू ਪੀ ਕੇ ਪਾਠ ਕਰਨ ਲਈ ਬੈਠਣ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਸੰਬੰਧੀ ਜਦੋਂ ਉਕਤ ਪਰਿਵਾਰ ਦੇ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਏ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਡੇਰੇ ਦੀ ਤਲਾਸ਼ੀ ਲਈ ਗਈ ਤਾਂ ਡੇਰੇ ਦੇ ਕਮਰੇ ਦੇ ਵਿੱਚ ਪਈ ਇੱਕ ਟਰੰਕ ਦੇ ਵਿੱਚੋਂ ਫਟੇ ਹੋਏ ਗੁਟਕਾ ਸਾਹਿਬ ਦੇ ਅੰਗ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਉੱਪਰ ਜੁੱਤੀਆਂ ਰੱਖੀਆਂ ਹੋਈਆਂ ਸੀ ਤੇ ਇਸ ਸੰਬੰਧੀ ਪੁਲਿਸ ਨੇ ਤਿੰਨ ਮੁਲਜ਼ਮਾਂ 'ਚੋਂ ਦੋ ਨੂੰ ਕਾਬੂ ਕਰ ਲਿਆ ਤੇ ਇੱਕ ਫਰਾਰ ਦੱਸਿਆ ਜਾ ਰਿਹਾ ਹੈ ਕੱਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਾਡੇ ਕੋਲੇ ਕੋਈ ਸੂਚਨਾ ਪਹੁੰਚੀ ਸੀ ਮਾਨਜੋਗ ਸਿੰਘ ਸਾਹਿਬ ਜੀ ਦੇ ਦੇਸ਼ ਦੇ ਮਤਾਬਕ ਸਾਡੇ ਮਾਨਜੋਗ ਇੰਚਾਰਜ ਸਾਹਿਬ ਸਾਫਤਾਰਮ ਪ੍ਰਚਾਰ ਕਮੇਟੀ ਤੇ ਸਮੂਹ ਪੰਜ ਪੈਰੇ ਸੰਵਾਦ ਉਸ ਪਿੰਡ ਵਿਖੇ ਪੜਤਾਲ ਕਰਨ ਵਾਸਤੇ ਪਹੁੰਚੇ ਸੀ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਕਿ ਉੱਥੇ ਇੱਕ ਪਿੰਡ ਦੇ ਬਾਹਰ ਬਾਹਰ ਇੱਕ ਡੇਰਾ ਬਣਿਆ ਹੋਇਆ ਜਿਹਨੂੰ ਕਿ ਦਰਵੇਸ਼ਾ ਦਾ ਡੇਰਾ ਕਿਹਾ ਜਾਂਦਾ ਹੈ ਔਰ ਉਸ ਡੇਰੇ ਦੇ ਵਿੱਚ ਜਦੋਂ ਅਸੀਂ ਗਏ ਉੱਥੇ ਕਹਿੰਦੇ ਇੱਕ ਦੋ ਸਾਲ ਤੋਂ ਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਹਰ ਸਾਲ ਕੀਤੇ ਜਾਂਦੇ ਆ ਤੇ ਇਸ ਵਾਰ ਵੀ ਉਹ ਖੰਡ ਪਾਠ ਸਾਹਿਬ ਕੀਤੇ ਜਾ ਰਹੇ ਸੀ ਤਕਰੀਬਨ 6ਵਾਂ ਖੰਡ ਪਾਠ ਸਾਹਿਬ ਜਿਹੜਾ ਚੱਲ ਰਿਹਾ ਸੀ ਲੜੀ ਦਾ ਤੇ ਉਹ ਅਖੰਡ ਪਾਠ ਦੇ ਸਾਹਬ ਦੇ ਦੌਰਾਨ ਇੱਕ ਕੋਈ ਪਾਠੀ ਸਿੰਘ ਸੀ ਉਹਦਾ ਨਾਂ ਧਰਮ ਸਿੰਘ ਸੀ ਧੂਰੀ ਦੇ ਲਾਗੇ ਦਾ ਕੋਈ ਰਹਿਣ ਵਾਲਾ ਸੀ ਉਹ ਤੇ ਪਿੰਡ ਦੇ ਕੁਝ ਸੇਵਾਦਾਰਾਂ ਵੱਲੋਂ ਜਦੋਂ ਉਹਨਾਂ ਨੂੰ ਸ਼ੱਕ ਸੀਗਾ ਉਹ ਤੇ ਪਹਿਲਾਂ ਹੀ ਉਹਦੇ ਕਵਰੇ ਦੇ ਵਿੱਚ ਜਾ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹਦੇ ਬੈਗ ਦੇ ਵਿੱਚੋਂ ਕਹਦੇ ਕਿ ਸ਼ਰਾਬ ਦੀ ਬੋਤਲ ਇੱਕ ਬਰਾਮਦ ਹੋਈ ਤੇ ਮੌਕੇ ਤੇ ਉਹਨਾਂ ਵੱਲੋਂ ਵੀਡੀਓ ਵਗੈਰਾ ਵੀ ਉਹਦੀ ਬਣਾਈ ਗਈ ਸੋ ਇਸ ਦੀ ਪੜਤਾਲ ਕਰਨ ਵਾਸਤੇ ਅਸੀਂ ਉੱਥੇ ਪਹੁੰਚੇ ਸੀ ਤੇ ਉੱਥੇ ਜਾ ਕੇ ਉਹ ਪਾਠੀ ਸਿੰਘ ਤਾਂ ਪਹਿਲਾ ਮੌਕੇ ਤੇ ਹੀ ਉਹ ਤੋਂ ਭੱਜ ਗਿਆ ਸੀ ਤੇ ਜਿਹੜਾ ਉੱਥੋਂ ਦਾ ਮੌਜੂਦਾ ਮੁਖੀ ਹੈ ਬਾਬਾ ਬਖਤੌਰ ਸਿੰਘ ਉਹਦੇ ਨਾਲ ਅਸੀਂ ਗੱਲਬਾਤ ਕੀਤੀ ਪੂਰਾ ਪ੍ਰਸ਼ਾਸਨ ਵੀ ਉੱਥੇ ਆਇਆ ਹੋਇਆ ਸੀਗਾ ਪਿੰਡ ਵਾਸੀ ਵੀ ਪੂਰੀ ਨਗਰ ਪੰਚਾਇਤ ਉੱਥੇ ਮੌਜੂਦ ਸੀ ਉੱਥੇ ਜਾ ਕੇ ਜਦੋਂ ਅਸੀਂ ਬਖਤੌਰ ਸਿੰਘ ਨੂੰ ਪੁੱਛਣਾ ਕੀਤਾ ਤਾਂ ਪਹਿਲਾਂ ਤਾਂ ਉਹ ਮੰਨਿਆ ਨਾ ਮੁੜ ਕੇ ਜਦੋਂ ਦੁਬਾਰਾ ਅਸੀਂ ਸਖਤੀ ਦੇ ਨਾਲ ਉਹ ਤੋਂ ਪੁੱਛ ਪੜਤਾਲ ਕੀਤੀ ਤੇ ਉੱਥੇ ਹੋਰ ਤਲਾਸ਼ੀ ਲਈ ਗਈ ਤਾਂ ਇੱਕ ਉਸ ਬਾਬੇ ਦੇ ਕਮਰੇ ਦੇ ਵਿੱਚੋਂ ਪਾਵਨ ਗੁਰਬਾਣੀ ਦੀਆਂ ਪੋਥੀਆਂ ਵੀ ਇਤਰਾਜੋਗ ਹਾਲਤ ਦੇ ਵਿੱਚ ਮਿਲੀ ਐ ਇੱਕ ਪੰਜ ਗ੍ਰੰਥੀ ਸਾਹਿਬ ਪਾਵਨ ਪੋਥੀ ਸਾਹਿਬ ਉਹ ਵੀ ਕੁਝ ਹੰਗੋ ਦੇ ਉਖੜੇ ਹੋਏ ਸਨ ਉਪਰੋਂ ਜਲਦ ਹੈ ਨਹੀਂ ਸੀ ਉਹਦੀ ਸੋ ਇਸ ਕਰਕੇ ਉਹ ਬਹੁਤ ਅਵਗਿਆ ਹੋ ਰਹੀ ਐ ਉੱਥੇ ਗੁਰਬਾਣੀ ਦੀ ਤਾਂ ਉੱਥੇ ਅਸੀਂ ਤੁਰੰਤ ਉੱਥੇ ਐਕਸ਼ਨ ਲਿਆ ਔਰ ਮਾਝੋ ਹੁਸੈਨ ਸਾਹਿਬ ਜੀ ਨੇ ਵਿਚਾਰ ਕਰਕੇ ਜਿਹੜੇ ਪਾਵਨ ਦੋ ਸਰੂਪ ਸੀਗੇ ਉੱਥੇ ਇੱਕ ਗੁਰਦਵਾਰਾ ਸਾਹਿਬ ਤੋਂ ਲਿਆਂਦਾ ਗਿਆ ਸੀ ਇੱਕ ਉੱਥੇ ਪਹਿਲਾਂ ਹੀ ਪੱਕੇ ਤੌਰ ਤੇ ਸੀਗਾ ਉਸ ਰੂਪਾ ਨੂੰ ਅਸੀਂ ਤੁਰੰਤ ਗੁਰਦੁਆਰਾ ਸਾਹਿਬੇ ਖੇਤੀ ਜੜੀਆਂ ਪੋਥੀਆਂ ਸੀਗੀਆਂ ਉਹਨਾਂ ਨੂੰ ਪਾਲਕੀ ਸਾਹਬ ਦੇ ਰਾਹੀਂ ਪਹੁੰਚਾ ਦਿੱਤਾ ਗਿਆ ਔਰ ਉਸ ਬਾਬੇ ਨੂੰ ਬਖਤੌਰ ਸਿੰਘ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਔਰ ਜਿਹੜੇ ਦੂਸਰੇ ਵੀ ਸੀਗੇ ਬੰਦੇ ਉਹਨਾਂ ਤੇ ਵੀ ਕਾਰਵਾਈ ਦੀ ਮੰਗ ਕੀਤੀ